ਜਿਵੇਂ ਜਿਵੇਂ ਮਨੁੱਖ ਧਰਤੀ ਤੋਂ ਤਾਂ ਪੌੜੀ ਤੇ ਉੱਤੇ ਪੈਰ ਰੱਖਦਾ ਹੈ, ਜਿਵੇਂ ਜਿਵੇਂ ਪੈਰ ਰੱਖੀ ਜਾਏਗਾ ਉੱਪਰਲੀ ਮੰਜ਼ਿਲ ਜਿਹੜੀ ਹੈ ਜਿਹੜੀ ਆ ਜਾਵੇਗੀ। ਬਖਸ਼ਣ ਸਮਰਪਣ ਅਸੀਂ ਦੇਣੀ ਕਿ ਗੁਰਬਾਣੀ ਦੀ ਸਲਾਮਤੀ ਜਾਂ ਗੁਰੂ ਸਾਹਿਬ ਦੇ ਆਸ਼ ਅਨੁਸਾਰ ਕੀਤੀ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਐ ਲਾਇ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਇਂਦਾ, ਵਿਛੜੀ ਰੋਦਨ ਵਿਦ ਸਤਿਗੁਰ ਪਾਤਸ਼ਾਹ ਜੀਉ। ਕੀਰਤਨ ਕਥਾ ਹੋਰ ਵਿਚਾਰਾਂ ਹੋਈਆਂ ਨੇ ਸਤਿਗੁਰ ਪਾਤਸ਼ਾਹ ਜੀਉ, ਇਹ ਸੰਧਾਜਣੀਆਂ ਵਿਛੜੀ ਰੋ ਨੂੰ ਪ੍ਰਾਪਤ ਕਰਾਉਣ ਜਾਂਦੇ ਹੋ ਸੱਜਣ ਸੀਸੜੀਆਂ, ਜੋ ਹੋਵੇ ਸਹ ਵਿਸ਼ਵ ਮੇਰ। ਵਿਛੜੀ ਨੂੰ ਆਪਣੇ ਚਰਨਾਂ ਵਿਨਾਸ਼ ਬਖਸ਼ਣਾ, ਇੰਡੀਆਂ ਜੂਨਾਂ ਤੋਂ ਚੋਣਾਂ ਪਿੱਛੇ ਪਰਿਵਾਰ ਸੁੱਖ ਸ਼ਾਂਤੀ ਮੇਲ ਮਿਲਾਪ, ਚੜ੍ਹਦੀ ਕਲਾ ਕਰਨੀ ਖਰਾਬ ਸ਼ਾਦੀਆਂ ਦੇ ਘਾਜਰ ਨੇ ਦਰ ਤੇ ਪ੍ਰਵਾਨ ਹੋਏ। ਜੇ ਜੰਤਰ ਸਭ ਦਿਸ ਕਹਿ ਕੀਆ, ਸੋਏ ਸੰਤ ਸਹਾਈ, ਆਪਣੇ ਸੇਵਕ ਕੇ ਆਪੇ ਰੱਖੈ, ਪੂਰਨ ਭਈ ਬੜਾਈ। ਜੀ ਜੰਤਰ ਸਭ ਦਿਸ ਕਹਿ ਕੀਆ, ਸੋਏ ਸੰਤ ਸਹਾਈ, ਆਪਣੇ ਸੇਵਕ ਕੇ ਆਪੇ ਰੱਖੈ, ਪੂਰਨ ਭਈ ਬੜਾਈ। ਪਾਰ ਬ੍ਰਹਮ ਪੂਰਾ ਮੇਰੇ ਨਾਲ, ਗੁਰ ਪੂਰਾ ਪੂਰੀ ਸਭ ਰਾਖੇ, ਹੋਏ ਸਰਬ ਦਿਆਲ। ਅਨਜਨ ਨਾਨਕ ਨਾਮ ਧਿਆਇ, ਜੀ ਪ੍ਰਾਨ ਕਾ ਦਾਤਾ, ਆਪਣੇ ਦਾਸ ਕਉ ਕੰਠ ਲਾਇ ਰੱਖੈ, ਜਿਉ ਬਾਰਕ ਪਿਤ ਮਾਤਾ। ਅਨਜਨ ਨਾਨਕ ਨਾਮ ਧਿਆਇ, ਜੀ ਪ੍ਰਾਨ ਕਾ ਦਾਤਾ, ਆਪਣੇ ਦਾਸ ਕਉ ਕੰਠ ਲਾਇ ਰੱਖੈ, ਜਿਉ ਬਾਰਕ ਪਿਤ ਮਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ 'ਤੇ ਚੰਗੀ ਆਸ ਰੱਖੀ ਜਾ ਸਕਦੀ ਹੈ, ਉੱਥੇ ਇੱਕ ਨੂੰ ਉਹਨਾਂ ਦੀ ਸਰਕਾਰੀ ਟੀਚਰ ਹੈ ਔਰ ਚੰਗੀ ਸੇਵਾ ਨਿਭਾ ਰਹੇ ਆ ਇਮਾਨਦਾਰੀ ਦੇ ਨਾਲ, ਸੋ ਉਹਨਾਂ ਨੇ ਵੀ ਪੜ੍ਹਾਈ ਲਿਖਾਈ ਦੇ ਵਿੱਚ ਬਾਕੀ ਪਰਿਵਾਰ ਨੂੰ ਚੰਗਾ ਯੋਗਦਾਨ ਪਾਇਆ। ਸੋ ਮੈਂ ਬਹੁਤ ਸਮਾਂ ਨਾ ਲਵਾਂ, ਪਰ ਮੈਂ ਮਾਸਟਰ ਜੋਹਰ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਉਹ ਚੰਦ ਮਿੰਟਾਂ ਵਾਸਤੇ ਆਪਣੀ ਸ਼ਰਧਾ ਦੇ ਫੰਡ ਮਾਤਾ ਸੁਰਿੰਦਰ ਕੌਰ ਜੀ ਨੂੰ ਭੇਟ ਕਰਨ। ਮਾਸਟਰ ਵਾਰ 'ਚ ਇਹ ਸੁਭਾਅ ਵਰਤਿਆ ਜਾ ਰਿਹਾ, ਮਾਤਾ ਨੇ ਬਹੁਤ ਹੀ ਪਿਆਰ ਨਾਲ ਸਿੱਖੀ ਦੀ ਸੇਵਾ ਕੀਤੀ। ਅੱਜ ਅਸੀਂ ਸਾਰੇ ਬਾਜਵਾ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ, ਸੰਗੀ ਸਾਥੀ, ਨਗਰ ਵਾਲੇ, ਇਲਾਕੇ ਵਾਲੇ, ਤਾਂ ਤੁਸਾਂ ਆਪਣ ਹੱਥੀ
उस जीव का मरना भी होना क्यों
मरण लखाए मंडल में आए तो रहना चलना पर खाए हर जीव सा संगत अपना मरना लखा के आया क्यों मैं मंदा है करीब सच साहब मेरा ये बंदा उस मालक वाहगुरु काल पुरख का खरीदया होया जो मर्जी फट सकता क्यों अपे ही करना क्यों कल अपे ही तैंतारी लिख कि अपना धार कच्ची पक्की सारी है जो आया सो चल सी सब को आई वारी है कि जरा जीव संसार आया अपनी वारी वारी के नाल संसार को एक दिन जाना पैना उस दिन जो माता सरिदा कौर जी अज साढ़े नहीं सदैवी विछोड़ा देंगे ना उन्हों की अंतम अरदास हुई पर संदरों श्री अखंड पाठ साहब कृपा हुई बाणी संपूर्ण हो के भोग पे एक ओहकार तो लै करके अठारह दस छब्बीस चौदह सौ तीस अंग संपूर्ण हो के भोग पे सात सौ अड़ताली घंटे का जाप सतगुरु पातशाह इस बाणी का फल आदेश उस विछड़ी रूप में प्राप्त करा ਪਿੱਛੇ ਪਰਿਵਾਰ ਸੁੱਖ ਸ਼ਾਂਤੀ ਬੇਲਮਲਾ ਕਰਦੀ ਕਲਾ ਸੰਗਤਾਂ ਨੇ ਹਰੀ ਜਾਂਦਾ ਤੇ ਪ੍ਰਵਾਨ ਆਪੋ ਸਮਾ ਸਤਿਗੁਰ ਦੀ ਪਾਠ ਪੁੱਤਰ ਬਾਣੀ ਦੇ ਸਭ ਨੂੰ ਕੀਰਤਨ ਸਰਵ ਕਰੀਏ Thank you.
ਜਿਹੜਾ ਹੈ ਉਹ ਨਿਊਜ਼ੀਲੈਂਡ ਵਿੱਚ ਹੈ। ਸ਼ਹੀਦ ਭਾਈ ਪਰਮਿੰਦਰ ਸਿੰਘ ਜੀ ਦੇ ਵੱਡੇ ਸਪੁੱਤਰ ਪੰਜਾਬ ਪੁਲਿਸ ਵਿੱਚ ਅਮਰਜੀਤ ਸਿੰਘ ਸਰਵਿਸ ਕਰਦੇ ਆ। ਅੱਜ ਫਿਰ ਵੀ ਗੁਰੂ ਦੀ ਕਿਰਪਾ, ਪਰਿਵਾਰ ਦੀ ਹਾਲਤ ਕਾਫੀ ਠੀਕ ਆ, ਪੜ੍ਹਾਈ ਲਿਖਾਈ ਕਰਕੇ ਜਦ ਤਿੰਨ ਪੁਲਿਸ ਮੁਲਾਜ਼ਮ ਸਨ, ਥੋੜ੍ਹੀ ਬਹੁਤੀ ਜ਼ਮੀਨ ਵੀ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ। ਪਰ ਜੇਕਰ 1993-94-95-90 ਦੀ ਗੱਲ ਕਰੀਏ, ਉਸ ਵੇਲੇ ਇਸ ਪਰਿਵਾਰ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ। ਬਹੁਤ ਦੁੱਖਾਂ ਦੇ ਪਹਾੜ ਡਿੱਗੇ ਸਨ ਇਸ ਪਰਿਵਾਰ 'ਤੇ। ਰੋਜ਼ ਥਾਣਿਆਂ ਕਚਹਿਰੀਆਂ ਵਿੱਚ ਰਹਿਣ ਵਾਲਾ ਪਰਿਵਾਰ ਲਿਖਿਆ ਜਾਂਦਾ ਸੀ। ਉਸ ਦੀ ਛਾਉਣੀ ਬਣਿਆ ਰਹਿੰਦਾ ਸੀ ਇਹ ਪਿੰਡ, ਇਹ ਘਰ। ਉਸ ਵੇਲੇ ਬੜੀ ਬਿਪਤਾ ਦਾ ਟਾਈਮ ਸੀ। ਉਸ ਵੇਲੇ ਸ਼ਬਦ ਪੜ੍ਹਾਉਂਦੇ ਹੁੰਦੇ ਸਨ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ, ਜਾ ਕੋ ਮੁਸ਼ਕਲ ਅੰਤ ਬਣਾ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਗ ਵੀ ਭੱਜ ਖੜੇ, ਸਭੋ ਭਜਾ ਆਸਰਾ ਚੁੱਕਾ ਸਭ ਸਰਾਓ, ਚੇਤਿਆ ਵਾ ਉਸ ਪਾਰ ਬ੍ਰਹਮ ਲੱਗੇ ਨਾ ਤਾਤੀ ਵਾਓ। ਇਹੋ ਜਿਹੇ ਬਹੁਤ ਗੁਰਬਾਣੀ ਦੇ ਸ਼ਬਦ ਜ਼ਬਾਨੀ ਇਕੱਠ ਕਰਾਇਆ ਕਰਦੇ ਸਨ, ਇਹਨਾਂ ਦਾ ਜਾਪ ਕਰਾਉਂਦੇ ਸਨ। ਬੜੀ ਲੰਮੀ ਚੌੜੀ ਹਿਸਟਰੀ ਹੈ ਇਸ ਪਰਿਵਾਰ ਦੀ, ਕਿਉਂਕਿ ਪਰਿਵਾਰ ਪੰਥਕ ਪਰਿਵਾਰ ਹੈ, ਨਾਲ ਇੱਕ ਬਹੁਤ ਪੜ੍ਹਿਆ ਲਿਖਿਆ ਪਰਿਵਾਰ ਵੀ ਹੈ, ਔਰ ਕਿਰਤ ਦੀ ਕਮਾਈ ਕਰਨ ਵਾਲਾ ਵੀ, ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲਾ ਵੀ। ਇਸ ਪਰਿਵਾਰ ਦਾ ਸਿਆਸੀ ਜੀਵਨ ਤੌਰ ਦੇ ਉੱਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਜੀ ਨਾਲ ਕਾਫੀ ਪ੍ਰੇਮ ਵੀ ਰਿਹਾ ਪਹਿਲਾਂ ਤੋਂ। ਅੱਜ ਵੀ ਸਾਡੇ ਕੋਲ ਸਾਬਕਾ ਮੰਤਰੀ ਪੰਜਾਬ, ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਜਥੇਦਾਰ ਸਰਦਾਰ ਸੁੱਚਾ ਸਿੰਘ ਜੀ ਛੋਟੇਪੁਰ ਅੱਜ ਮਾਤਾ ਜੀ ਦੇ ਭੋਗ 'ਤੇ ਇੱਥੇ ਪਹੁੰਚੇ ਹਨ, ਉਹਨਾਂ ਦਾ ਪਹੁੰਚਣ 'ਤੇ ਵੀ ਧੰਨਵਾਦ। ਵੱਖ ਵੱਖ ਅਖਬਾਰਾਂ ਦੇ ਪੱਤਰਕਾਰ, ਅਸ਼ੋਕ ਸ਼ਰਮਾ ਜੀ, ਹੋਰ ਕਈ ਪੱਤਰਕਾਰ ਇੱਥੇ ਪਹੁੰਚੇ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਨਾ ਬਾਣੀ ਦੇ ਰਸੀਏ ਵੀ ਨੀਰ ਪੰਛੀਏ ਸੰਪਰਦਾ ਵਿੱਚੋਂ ਵੀ ਕਈ ਮਹਾਂਪੁਰਸ਼, ਕਈ ਨਾਮ ਰਸੀਏ ਸਾਡੇ ਕੋਲ ਅੱਜ ਇੱਥੇ ਪਹੁੰਚੇ ਹੈ, ਸਾਰਿਆਂ ਦਾ ਧੰਨਵਾਦ। ਮੈਂ ਆਪ ਜੀ ਦੇ ਦਰਮਿਆਨ ਬਹੁਤਾ ਸਮਾਂ ਨਾ ਦੇਵਾਂ, ਮੈਂ ਜਿੱਥੇ ਬਾਕੀ ਬੁਲਾਰਿਆਂ ਨੂੰ ਬੁਲਾਉਣਾ ਉੱਥੇ ਮੈਂ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਥਾਣੇਦਾਰ ASI ਸਰਦਾਰ ਸੁਰਜੀਤ ਸਿੰਘ ਜੀ ਮਹਿਤਪੁਰ, ਜੋ ਕਿ ਜਲੰਧਰ ਵਿੱਚ ਡਿਊਟੀ ਨਿਭਾ ਰਹੇ ਹਨ ਲਗਭਗ, ਉਹਨਾਂ ਨੂੰ ਬੇਨਤੀ ਕਰਾਂ ਉਹ 20 ਮਿੰਟ ਵਾਸਤੇ ਆਪਣੇ ਵਿਚਾਰ ਕਥਾ ਕੀਰਤਨ ਜਾਂ ਜੋ ਵੀ ਵਿਚਾਰ ਕਥਾ ਕਰਨੀ ਹੈ। ਸੋ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਉਹ ਆਪਣੇ ਵਿਚਾਰ ਸੰਗਤਾਂ ਦੇ ਨਾਲ ਗੁਰਬਾਣੀ ਦੇ ਰੂਪ ਵਿੱਚ ਸੋ ਪ੍ਰਗਟ ਕਰਨਗੇ। ਮੈਂ ਭਾਈ ਸੁਰਜੀਤ ਸਿੰਘ ਜੀ ਨੂੰ, ਮਹਿਤਪੁਰ ਨੂੰ, ਜਲੰਧਰ ਵਾਲਿਆਂ ਨੂੰ ਬੇਨਤੀ ਕਰਾਂ ਉਹ ਇੱਥੇ ਆਉਣ, ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ। ਸੋ ਬਹੁਤ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਕਬੀਰ ਮਰਤਾ ਜਾਗਵਾ ਮਰ ਤੇਰਾ ਜਾਣਿਆ ਕੋਏ, ਐਸੀ ਮਰਨੀ ਕੇ ਮੈਂ ਬਹੁਰਨਾ ਮਰਨਾ ਹੋਏ, ਐਸੀ ਮਰਨੀ ਜੇ ਮਰੈ ਬਹੁਰਨਾ ਮਰਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਪਰਿਵਾਰਕ ਜੀਵਨ ਬਾਰੇ ਸਾਰੀ ਸੰਗਤ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ। ਉਸ ਤੋਂ ਪਹਿਲਾਂ ਗੁਰਬਾਣੀ ਦੇ ਪ੍ਰਧਾਨ ਸਾਧਨ ਪਰਗੁਰ ਨੇ ਕੀਰਤਨ ਪ੍ਰਧਾਨਾਂ
बड़ी ही सुंदर प्रकरण के तहत भाई साहब जी ने कीर्तन किया जो आया जल से सब कोई आई वारी है सारे ही संसार से जो आया वही वारी आनी है जो वारी आनी है उदों दसना कहते ने बिन पुछिया ही लै जाते बिना पुछण तो ही प्राणी जरा है इस संसार को कुछ कर देता है। मौत का संकल्प सतगुरु पातशाह जी ने बहुत सुंदर पेश किया सतगुरु के राही वैसे देखा जाए तो मनुख की मौत जी है अरजाना ही हौली हौली आती है जो जो बनया की हरा सो उम्र हाथ पवन जिमें जिमें मनुख धरती तो तान पौड़ी दे उसके पैर रखता है जिमें जिमें पैर रखी जाएगा उपरली मंजिल जी है जी आई जाएगी सो उम्र हाथ पवन उवें उवें ही मनुख की पवन को हाथ पै जाता है तो चलद चलद जिंदगी का यह फर्क हो जाता है। फरीदा अखी देख लतीनिया सुन सुन रीने कन अखा जवाब दे कन जवाब देते हैं साख पकंदी आईया होर करेंदी बन नवी टूंगा की कोमलता होर होंगी है कि जो पत्ती झड़ती आ जाए तो उसका रूप होर हो जाता है। इस मौसम देखते ही बाबा फरीद जी ने संसार सचेत करना किया है कि देखो ये पतझड़ जी है कभी इस मौसम से नहीं आती इस संसार के उत्ते ऐसा है कि जिसे पासे भी देखो उस पासे ही ये पतझड़ जी है दिखाई दे रही है कि एक दरख्त जरा है वो समय के उत्ते आते किसी समय फल नाल फुलां नाल पत्तरां नाल लद्दे हुंदा है लेकिन पतझड़ दा मौसम आउंदा है ते को चार छफेरे उस दरख्त दे उत्ते सुनसान पै जांदी है। कहिंदे इसे तरह ही जदों चार छफेरे चारे कुंडां टुंडियां रहन कथाओ नाहीं कि इह मनुख ते भी इसे तरह ही संसार दी एकता दी पतझड़ आउंदी है कले दरखते नहीं पत्ते झड़ते कहते चारे कुंडा ढूंढिया रह कथा रोता है कि चार सवेरे देख लो संसार के उत्ते किसी ने टिके रहना ही नहीं। फिर मौत किसनों कहते हैं प्रिया बांधी से कहते संसार के जो धरती के उत्ते जीव सारे पैदा होते हैं कहते ये मनुखा देह जी है वह परमेश्वर ने बनाई की अरंच करेत खेत तन निर्मत दुर्लभ जेहे सवार धरी कहते देखो कि बुनियाद कितनी कमजोर है कि माता पिता के संयोग तो दुर्लभ जेहे सवार धरी दुर्लभ दे जी है परमेश्वर ने बनाई की पर यह देखो कि कली मनुख की नहीं सारे की परमेश्वर के एक हुक्म संसार रूपी होमन आकार लेकिन जिस मकसद आया मकसद जो पूरा ना हो जाए। भाई साहब भाई गुरदास जी जिन्हों की बाणी बाणी की कुंजी कहा जाता है उन्होंने एक गल समझाणी की सुरैया के कारण है कि मनुख जिहड़ा है उहदा जीवन जिस वास्ते इह आया सी क्यों नहीं पूरा होया। उन्होंने एक कविता बड़ा सुंदर वर्णन किया है कहिंदे जैसे बैल तेली को जानत कई कोस जल्यो नैन कुदरत वाही ठौर जीते कानो है जैसे जेवरी बढ़त अंतरो अचिंत चित खात जात बछरो टटेरो पश तानो है। इस हिसाब से मनुख कहते मरिया ही नहीं कहते क्यों कहते जैसे बैल तेजी को जानत कई कोस चलो नैन उगर तबाही ठौर ही ठिकानो है
ਪੁਰਾਣੇ ਸਮੇਂ ਦੇ ਵਿੱਚ ਆਪਾਂ ਦੇਖਦੇ ਸੀ ਕਿ ਗੇੜੀਆਂ ਜਾਂ ਕੋਲੋ ਦੇ ਉੱਤੇ ਬੈਲ ਜਾਂ ਸਵੇਰੇ ਜੁੜਨ ਦੇ ਸਨ ਤੇ ਉਹਨਾਂ ਦੇ ਨਾਲ ਹੀ ਤੇਲ ਕੱਢਦੇ ਸਨ ਜਾਂ ਪੱਟੇ ਉਤਰਦੇ ਸਨ। ਉਹਨਾਂ ਦੀ ਅੱਖਾਂ ਦੇ ਉੱਤੇ ਪੱਟੀ ਬੰਨ ਦਿੰਦੇ ਜਾਂ ਖੋਪੇ ਬੰਨ ਦਿੰਦੇ ਸਨ। ਕਹਿੰਦੇ ਹੁਣ ਇੱਕ ਬੈਲ ਜਿਹੜਾ ਹੈ ਇੱਕ ਘੰਟੇ ਦੇ ਵਿੱਚ ਪਾਤਸ਼ਾਹ ਜੀ ਨੇ ਪਾਉਣ ਬਣ ਕੇ ਬਦਲ ਕੀਤਾ ਹੈ ਜਾਂ ਮਾਲਕ ਪੰਥ ਨਾ ਸੁਝਾਈ, ਜਿੱਥੋਂ ਕਹਿੰਦੇ ਇਹ ਸੁਪਨਾ ਖਤਮ ਹੋ ਜਾਂਦਾ ਹੈ। ਉੱਜੜ ਅੰਧਕਾਰ ਰੋਵਾ, ਨਾ ਜਲ ਲੇਪ ਤਲਾਈਆਂ, ਨਾ ਭੋਜਨ ਪ੍ਰਕਾਰ ਰੋਵਾ, ਭੋਜਨ ਭਾਵ ਨਾ ਠੰਡਾ ਪਾਣੀ, ਨਾ ਗਾਪਰ ਸੀ ਗਾਲੋ, ਗਲ ਸੰਗਲ ਸਿਰ ਮਾਰਿਆ ਉਪਰ, ਨਾ ਦੀਸੇ ਘਰ ਬਾਰੋ, ਇਬਕੇ ਰਾਹੇ ਜੰਮਣ ਨਾਹੀ। ਕਹਿੰਦੇ ਜਦੋਂ ਫਿਰ ਤੇਰੀ ਅੱਖ ਖੁੱਲਦੀ ਹੈ ਨਾ, ਉਦੋਂ ਦੇ ਫਿਰ ਬੀਜੇ ਹੋਏ ਵੱਤਰ ਦਾ ਨਹੀਂ ਸਾਂਭਿਆ ਜਾਣਾ, ਬਿਲਕੁਲ ਪਛਤਾਣੇ ਸਿਰ ਭਾਰੋ, ਉਦੋਂ ਫਿਰ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ। ਤੇ ਭਾਈ ਤਾਂ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਵੇਖੋ ਬੈਲ ਚੱਲਿਆ ਲੇਕਿਨ ਉੱਥੇ ਦਾ ਉੱਥੇ ਹੀ ਘੁੰਮਦਾ ਰਿਹਾ। ਦੂਸਰੀ ਉਦਾਹਰਨ ਦਿੰਦੇ ਹਨ ਅੰਨੇ ਮੁਲਕ ਦੀ ਕਿ ਉਹ ਦੇਖੋ ਪਰਸਨ ਵੱਧਦਾ ਹੈ, ਮਿਹਨਤ ਕਰਦਾ ਹੈ, ਲੈ ਕੇ ਨੇੜੇ ਹੀ ਬੱਚਾ ਵੱਜਿਆ ਹੈ, ਉਹ ਸਾਰੀ ਉਹਦੀ ਮਿਹਨਤ ਹੈ, ਉਹਦੀ ਰੱਸੀ ਪਾਈ ਜਾ ਰਿਹਾ ਹੈ। ਕਹਿੰਦੇ ਇਸੇ ਤਰ੍ਹਾਂ ਸਵਾਸਾਂ ਰੂਪੀ ਮੁਲਾਮ ਪਹੁੰਚਣ ਦਾ ਕਾਰਨ ਕੀ ਹੈ? ਕਹਿੰਦੇ ਅੰਤ ਕਾਲ ਜੇ ਲਕਸ਼ਮੀ ਸਿਮਰੈ, ਐਸੀ ਚਿੰਤਾ ਮਹਿੰਗੇ ਮਰੈ, ਸਰਪ ਜਾਣ ਵੱਲ ਵੱਲ ਔਤਰੈ। ਗੁਰਬਾਣੀ ਦੇ ਵਿੱਚ ਬਹੁਤ ਹੀ ਠੋਕ ਵਜਾ ਕੇ ਪੁਨਰ ਜੀਵਨ ਜਿਹੜਾ ਹੈ ਇਹਦਾ ਸੰਕਲਪ ਆਉਂਦਾ ਹੈ ਕਿ ਮਨੁੱਖ ਜਿਹੜਾ ਹੈ ਜੰਮ ਜਾ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਭਿਆ ਦੇ ਸਮੈ, ਕਿ ਮਨੁੱਖ ਜਿਹੜਾ ਹੈ ਇੱਥੇ ਹੀ ਜੀਵਨ ਨਹੀਂ ਇਹਦਾ ਕਤਲ ਹੁੰਦਾ ਹੈ, ਕਿ ਕਈ ਵਾਰ ਇਹਨੂੰ ਆਉਣਾ ਪੈਂਦਾ ਹੈ। ਐਸੇ ਕਾ ਮਹਾਨ ਘਰ ਹਮ ਬਹੁਤ ਵਸਾਏ, ਇੱਕ ਨਹੀਂ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਕਹਿੰਦੇ ਅੰਧਕਾਲ ਜੇ ਇਸਤਰੀ ਸਿਮਰੈ, ਕਹਿੰਦੇ ਜੇ ਅਕੀਲੇ ਸਮੇਂ ਸੰਕਲਪ ਦੇ ਵਿੱਚ ਇਸਤਰੀ ਆ ਗਈ, ਕਹਿੰਦੇ ਉਹ ਮਨੁੱਖ ਵੀ ਨਹੀਂ ਮਰੇਗਾ। ਕੀ ਹੋਏਗਾ? ਵੇਸਵਾ ਜਾਣ ਵੱਲ ਵੱਲ ਅਵਤਰੈ, ਕਹਿੰਦੇ ਉਹ ਮਨੁੱਖ ਵੇਸਵਾ ਲਈ ਜਾਣ ਜੋ ਪੈ ਜਾਏਗਾ। ਅੰਧਕਾਲ ਜੇ ਲੜਕੇ ਸਿਮਰੈ, ਐਸੀ ਚਿੰਤਾ ਵਹਿੰਦੇ ਮਰੇ, ਕਹਿੰਦੇ ਜੇ ਲੜਕੀ ਸਿਮਰਦਾ ਸਿਮਰਦਾ ਜਾਤ ਕਰਦਾ ਮਰ ਗਿਆ, ਕਹਿੰਦੇ ਉਹ ਵੀ ਨਹੀਂ ਮਰੇਗਾ। ਕੀ ਹੋਵੇਗਾ? ਸੂਕਰ ਜਾਣ ਵੱਲ ਵੱਲ ਅਵਤਰੈ, ਸੂਰ ਦੀ ਜੋਨ ਦੇ ਵਿੱਚ ਆਵੇਗਾ। ਅੰਧਕਾਲ ਜੇ ਮੰਦਰ ਸਿਮਰੈ, ਕਹਿੰਦੇ ਕੀਲੇ ਸਮੇਂ ਜੇ ਮੰਦਰ ਘਰ ਬਾਰ ਜਿਹੜਾ ਹੈ ਇਹਦੇ ਵਿੱਚ ਧਿਆਨ ਚੱਲ ਗਿਆ, ਫਿਰ ਵੀ ਮਰੇਗਾ। ਕੀ ਹੋਏਗਾ? ਪ੍ਰੇਤ ਜੋਨ ਵੱਲ ਵੱਲ ਅਵਤਰੈ, ਕਹਿੰਦੇ ਵਾਰ ਵਾਰ ਪ੍ਰੇਤ ਦੀ ਜੋਨ ਦੇ ਵਿੱਚ ਆਵੇਗਾ। ਅੰਧਕਾਲ ਨਾਰਾਇਣ ਸਿਮਰੈ, ਕਹਿੰਦੇ ਅਖੀਰਲੇ ਸਮੇਂ ਜੇ ਸਿਮਰਤੀ ਦੇ ਵਿੱਚ ਰਾਮ ਆ ਗਿਆ, ਪਰਮੇਸ਼ਰ ਆ ਗਿਆ, ਨਾਰਾਇਣ ਆ ਗਿਆ, ਬਦਲ ਤਲੋਚਨ ਦੇ ਨਾਲ ਮੁਕਤਾ ਵੀ ਤਾਂਬਲ ਵਾਂਗ ਹੈ ਹਿਰਦੈ ਵਸੈ, ਕਹਿੰਦੇ ਉਹ ਮਨੁੱਖ ਮੁਕਤਾ ਹੋਵੇਗਾ। ਉਹ ਮਨੁੱਖ ਜਿਹੜਾ ਹੈ ਜਨਮੇ ਪਵਣੇ ਵੇ ਪਵਨ ਸਮਾਇਆ, ਜੋਤੀ ਮੇ ਜੋਤ ਰਲ ਜਾ, ਕਹਿੰਦੇ ਉਹਦੀ ਜੋਤੀ ਜਿਹੜੀ ਹੈ ਉਹ ਜੋਤ ਦੇ ਵਿੱਚ ਸਮਾਏ ਸਮਾਵੇਗੀ, ਉਹ ਵੀ ਅਕਾਲ ਪੁਰਖ ਦੇ ਵਿੱਚ ਅਭੇਦ ਹੋਵੇਗਾ। ਹੁਣ ਤੇ ਫਿਰ ਬਹੁਤ ਸੌਖਾ ਇਲਾਜ ਹੋ ਗਿਆ ਕਿ ਸਾਰੀ ਉਮਰ ਜਿਹੜਾ ਹੈ ਮੁਲਕ ਜੋ ਮਰਜ਼ੀ ਕਰੇ ਤੇ ਅੰਦਾਜ਼ੇ ਨਾਲ ਦੇਖ ਲੈ ਕਿ ਇੰਨੀ ਕੁ ਜ਼ਿੰਦਗੀ ਬਤੀਤ ਹੋ ਗਈ ਹੈ। ਖਾਸ ਕਰਕੇ ਵਡੇਪੇ ਚ ਤਾਂ ਪਤਾ ਲੱਗ ਜਾਂਦਾ ਕਿ ਬਤੀਤ ਕੇ ਹੁਣ ਤੇ ਦਿਨ ਆਉਣੇ ਹੀ ਆਉਣੇ ਨੇ। ਇਹਦਾ ਮਤਲਬ ਕਿ ਉਹ ਸਮੇਂ ਮਨੁੱਖ ਜਿਹੜਾ ਹੈ ਜੇ ਬੰਦਗੀ ਕਰ ਲਏਗਾ ਅਕੀਲੇ ਸਮੇਂ ਮੁਕਤ ਹੋ ਜਾਏਗਾ। ਭਾਈ ਸਾਹਿਬ ਜੀ ਨੇ ਫਿਰ ਅੱਗੇ ਸ਼ੰਕਾ ਦਾ ਕੀਤਾ ਹੈ, ਕਹਿੰਦੇ ਜੈਸੇ ਘਰ ਲਾਗੈ ਆਗ ਜਾਗ ਕੂਪ ਖੋਜਿਓ ਚਾਹੈ, ਕਾਲ ਜਿਨਾ ਸਿੱਧ ਹੋਏ ਰੋਏ ਪਛਤਾਈਐ। ਕਹਿੰਦੇ ਘਰ ਚ ਅੱਗ ਲੱਗ ਜੇ ਉਧਰ ਕੇ ਮੈਂ ਖੂਹ ਫੁੱਟਣ ਲੱਗ ਪਾ, ਸਾਰੀ ਉਮਰ ਬਤੀਤ ਕਰ ਲਈ ਕਿ ਹੁਣੇ ਹੀ ਮੇਰੇ ਸਮਾਧੀ ਲੱਗ ਜੇਗੀ। ਕਹਿੰਦੇ ਕਾਲ ਜਿਨਾ ਸਿੱਧ ਹੋਏ ਰੋਏ ਪਛਤਾਈਐ, ਕਹਿੰਦੇ ਉਸ ਸਮੇਂ ਪੁੱਟੇ ਹੋਏ ਖੂਹ ਦੇ ਚੋਂ ਪਾਣੀ ਕੱਢ ਕੇ ਕਦੀ ਘਰ ਦੀ ਅੱਗ ਨਹੀਂ ਬੁਝਾਈ ਜਾ ਸਕਦੀ। ਜੈਸੇ ਤੋਂ ਸੰਗਰਾਮ ਸਮੇਂ ਸੀਕਿਓ ਕਿਆ ਹੈ, ਵੀਰ ਵਿਦਿਆ ਅਣਥਾ ਯਤਨ ਜੈਤ ਪਦਵੀ ਨਾ ਪਾਈ ਹੈ। ਕਹਿੰਦੇ ਉਧਰੋਂ ਯੁੱਧ ਲੱਗ ਜੇ ਉਧਰੋਂ ਕਹਿ ਕੇ ਮੈਂ ਯੁੱਧ ਦੇ ਦਾ ਪੇਚ ਸਿੱਖ ਲਵਾਂ, ਕਹਿੰਦੇ ਉਹ ਕਦੀ ਵੀ ਜਿੱਤ ਕੇ ਵਾਪਸ ਘਰ ਨਹੀਂ ਆਵੇਗਾ। ਜੈਸੇ ਨੇ ਸੁਸੋਭਤ ਦੇ ਸੰਗਾਤੀ ਚੱਲ ਜਾਤ ਪਾਸੇ ਭੋਰ ਭੇ ਭਾਰ ਬੰਦ ਚੱਲੇ ਕੱਤ ਜਾਈ ਹੈ। ਕਹਿੰਦੇ ਇਕੱਠੇ ਸਫ਼ਰ ਕਰ ਰਹੇ ਹਨ, ਇੱਕ ਮਨੁੱਖ ਸੌਂ ਕੇ ਉੱਠਿਆ ਵੀ ਲੇਟ ਹੈ ਤੇ ਦੂਸਰਾ ਉਹਨੇ ਭਾਰ ਚੁੱਕ ਕੇ ਜਾਣਾ ਹੈ। ਕਹਿੰਦੇ ਉਹ ਦੂਸਰਿਆਂ ਦੇ ਨਾਲ ਕਿੱਥੇ ਮਿਲ ਜਾਏਗਾ? ਗੰਨ ਉਠਾਈ ਪੋਟਲੀ ਕਿੱਥੇ ਹੈ ਮੰਜਾਂ ਘੱਤ। ਬਾਬਾ ਫਰੀਦ ਜੀ ਕਹਿੰਦੇ ਕਹਿੰਦੇ ਇੰਨੀ ਵੱਡੀ ਪੋਟਲੀ ਸਾਰੀ ਉਮਰ ਜਿਹੜੀ ਖਿਆਲਾਂ ਦੀ ਵਿਚਾਰਾਂ ਦੀ ਪਾਪਾਂ ਦੀ ਮੈਂ ਸਿਰ ਤੇ ਉਠਾ ਲਈ, ਇਹਨੂੰ ਹੁਣ ਕਿੱਥੇ ਸੁੱਟ ਕੇ ਸੰਸਾਰ ਦੇ ਵਿੱਚ ਜਾਵਾਂਗਾ? ਕਹਿੰਦੇ ਅਖੀਰ ਤੇ ਕਹਿੰਦੇ ਐਸੇ ਮਾਇਆ ਤੰਦ ਅੰਨ ਧੰਦ ਅਵਧ ਵਿਹਾਏ ਜਾ, ਇਕਲਾ ਮਾਇਆ ਦੇ ਹੀ ਚੱਕਰਾਂ ਦੇ ਵਿੱਚ ਸਾਰੀ ਉਮਰ ਬਤੀਤ ਕਰ ਲਈ। ਅੰਤਕਾਲ ਕੈਸੇ ਹਰ ਨਾਮ ਦੇ ਵਡਾਈ ਹੈ, ਕਹਿੰਦੇ ਕਿੱਦਾਂ ਹਰੀ ਦੇ ਨਾਮ ਦੇ ਵਿੱਚ ਫਿਰ ਲਿਵ ਲੱਗ ਜਾਏਗੀ ਸਾਰੀ ਉਮਰ ਹੀ ਜੇ ਇਸ ਤਰ੍ਹਾਂ ਬਤੀਤ ਹੋ ਜਾਏਗੀ।
ਤੇ ਫਿਰ ਭਾਈ ਸਾਹਿਬ ਜੀ ਨੇ ਅੱਗੇ ਜਿਹੜਾ ਹੈ ਸ਼ੰਕਾ ਨਿਵਰਤ ਕੀਤਾ ਹੈ, ਆਪਾਂ ਇਹਨੂੰ ਪੱਲੇ ਬੰਨ ਕੇ ਜਾਣਾ ਹੈ ਕਿ ਜੈਸੇ ਘਰ ਲਾਗ ਲਾਗਿਆ ਆਗ, ਜੋ ਹੀ ਵਜ੍ਹਾ ਹੈ ਸੋ ਹੀ ਪੜੋ, ਜਦ ਬੁਝਿਆ ਪਾਤਸ਼ਾਹ ਕਾ ਸੁਪਾਸਨਾ ਬਸਾਤ ਹੈ। ਕਹਿੰਦੇ ਜਿਸ ਤਰ੍ਹਾਂ ਘਰ ਨੂੰ ਅੱਗ ਲੱਗ ਜਾਵੇ ਜੋ ਕੁਛ ਬਚਦਾ ਹੈ ਨਾ ਬਚਾ ਲਓ, ਭਾਵ ਜਿੰਨੀ ਜ਼ਿੰਦਗੀ ਜਦੋਂ ਮਨੁੱਖ ਨੂੰ ਹੋਸ਼ ਆਉਂਦੀ ਜਦੋਂ ਸਮਝ ਆਉਂਦੀ ਹੈ ਉਦੋਂ ਹੀ ਅਕਾਲ ਪੁਰਖ ਦੇ ਸਿਮਰਨ ਵੱਲ ਲੱਗ ਜਾਵੇ। ਇਹ ਸਮਝ ਕੇ ਬੀਤ ਜਾ ਹੈ ਬੀਤ ਜਾ ਹੈ ਜਨਮ ਅਗਾਜਰੇ, ਕਿ ਸਾਰਾ ਜਨਮ ਜਿਹੜਾ ਹੈ ਇਹ ਵਿਰਥਾ ਜਾ ਰਿਹਾ ਹੈ। ਗੁਰਬਾਣੀ ਤੂਫਾਨ ਤੋਂ ਇਹ ਸਿੱਖਿਆ ਲੈਣੀ ਕਰੀਏ, ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਇਹ ਭਾਈ ਰੱਬ ਨੂੰ ਸਿਮਰਨਾ ਕਰ, ਉਸ ਅਕਾਲ ਪੁਰਖ ਦੀ ਬੰਦਗੀ ਕਰਨੀ ਕਰ, ਇਹੋ ਹੀ ਤੇਰਾ ਕੰਮ ਹੈ। ਭਾਈ ਸਾਹਿਬ ਜੀ ਅੱਗੇ ਕਹਿੰਦੇ ਹਨ, ਕਹਿੰਦੇ ਜੈਸੇ ਨਾਓ ਬੂਢੋ ਦੱਸਿਆ ਜਾਵੇ, ਜੋ ਹੀ ਬੱਚਾ ਹੈ ਸੋਈ ਭਲੋ, ਬੂੜ ਕੇ ਪਾਤਸ਼ਾਹ ਹੈ ਕਸ ਵਾਸਨਾ ਬਸਾਤ ਹੈ। ਕਹਿੰਦੇ ਜਿਸ ਤਰ੍ਹਾਂ ਬੇੜੀ ਦੇ ਵਿੱਚ ਡੁੱਬਣ ਲੱਗਿਆ ਜੋ ਕੁਛ ਕੱਢ ਲਈਏ ਉਹ ਹੀ ਲਾਹੇਵੰਦ ਹੈ, ਜੇ ਡੁੱਬ ਗਈ ਫਿਰ ਕੁਛ ਨਹੀਂ ਪਤੇ ਪੈਣਾ। ਇਸੇ ਤਰ੍ਹਾਂ ਹੀ ਜੈਸੇ ਘਰ ਲਾਗੈ ਚੋਰ, ਜੋ ਜਾਗੈ ਸੋਈ ਭਲੋ, ਸੋਏ ਗਏ ਰੀਤੋ ਘਰ ਦੇਖਿਆ ਉੱਠ ਫਰਾਤ ਹੈ। ਕਹਿੰਦੇ ਜੇ ਸੌਂਗੇ ਜੇ ਇਹ ਸਮਝਿਆ ਕਿ ਵੈਸੇ ਹੀ ਖਰਾਬ ਹੋਏ, ਜਿਹਨਾਂ ਤੇ ਜਾ ਕੇ ਉਹਦਾ ਘਰ ਬਚ ਜਾਏਗਾ ਤੇ ਜਿਹੜਾ ਸੌ ਗਿਆ ਉਹਦਾ ਸਵੇਰੇ ਘਰ ਖਾਲੀ ਹੋਇਆ ਹੋਵੇਗਾ। ਇਸੇ ਤਰ੍ਹਾਂ ਹੀ ਅੰਤ ਕਾਲ ਗੁਰ ਚਰਨ ਚਰਨ ਆਵੈ ਪਾਵੈ ਮੋਖ ਪਦਵੀ ਨਾਪਦ ਮਿਲ ਲਾਭ ਹੈ। ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਉਹ ਮੋਖ ਪਦਵੀ ਪ੍ਰਾਪਤ ਕਰੇਗਾ। ਇਹ ਸੰਸਾਰ ਦੇ ਵਿੱਚ ਪੰਜ ਭੂਤਕ ਜਿਹੜਾ ਸਰੀਰ ਹੈ ਉਹ ਜਿਸ ਤਰ੍ਹਾਂ ਆਇਆ ਸੀ ਉਸੇ ਤਰ੍ਹਾਂ ਹੀ ਮਾਦਾ ਜਿਹੜਾ ਹੈ ਉਹਨੇ ਆਪਣਾ ਰੂਪ ਵਟਾਲਣਾ ਹੈ, ਪਾਣੀ ਨੇ ਪਾਣੀ ਚ, ਅੱਗ ਨੇ ਅੱਗ ਚ, ਮਿੱਟੀ ਨੇ ਮਿੱਟੀ ਚ ਮਿਲ ਜਾਣਾ ਹੈ। ਲੇਕਿਨ ਮਨ ਜਿਹੜਾ ਹੈ ਉਹਦਾ ਸਮਾਨ ਦਾ ਇੱਕੋ ਹੀ ਟਿਕਾਣਾ ਹੈ ਸ਼ਬਦ, ਤੇ ਜੇ ਆਪਾਂ ਸ਼ਬਦ ਗੁਰੂ ਦੇ ਲੜਨ ਲੱਗਾਂਗੇ ਜੋ ਪਾਵਨ ਸਤਿਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਉਪਦੇਸ਼ ਦਿੱਤਾ ਹੈ। ਗੁਰ ਕਹਿਆ ਸਾਕਾਰ ਕਮਾਵੋ, ਗੁਰੂ ਸਾਹਿਬ ਜੀ ਨੇ ਸਾਨੂੰ ਕੀ ਬਖਸ਼ਿਸ਼ ਕੀਤੀ ਹੈ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹਦੇ ਵਟਾਏ ਸਤਿਗੁਰ ਪਾਤਸ਼ਾਹ ਜੀ ਨੇ ਜੋਗਨ ਕਿਰਪਾ ਕਰਕੇ ਬਖਸ਼ ਲੈਣ ਸਮਰਪਣ ਅਸੀਸ ਦੇਣੀ ਕਿ ਗੁਰਬਾਣੀ ਦੀ ਸਲਾਮਤੀ ਜਾ ਗੁਰੂ ਸਾਹਿਬ ਜੀ ਦੇ ਆਸ਼ ਅਨੁਸਾਰ ਕੀਤੀ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੋ ਕਿ ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਰਹੇ ਨੇ ਜਲੰਧਰ, ਉਹਨਾਂ ਪਾਸੋਂ ਕਥਾ ਵਿਚਾਰ ਸਰਵਣ ਕਰ ਰਹੇ ਸੀ। ਟਾਈਮ ਦੀ ਸ਼ਾਰਟ ਹੈ ਕਿਉਂਕਿ ਸਾਡੇ ਕੋਲ ਦੂਰ ਦੂਰ ਤੋਂ ਸੰਗਤ ਆਈ ਹੈ, ਫਿਰ ਸਾਹਿਬ ਤੱਕ ਮੱਤੇ ਵੱਲ ਚਗਾਵਾਂ, ਕੋਈ ਮਕੇਰੀਆਂ ਕੋਈ ਜਲੰਧਰ ਤੋਂ, ਇਸ ਕਰਕੇ ਜਲਦੀ ਸਮਾਪਤੀ ਕਰਨੀ ਹੈ ਟਾਈਮ 'ਚ, ਤਾਂ ਕਿ ਗੁਰੂ ਘਰ ਲੰਗਰ ਵੀ ਬਾਅਦ 'ਚ ਚੱਲਣਾ ਅਤੇ ਟਾਈਮ ਸਿਰ ਤਾਂ ਥੋੜ੍ਹਾ ਥੋੜ੍ਹਾ ਟਾਈਮ ਦੇਖ ਕੇ ਸਮਾਪਤੀ ਕੀਤੀ ਜਾ ਰਹੀ ਹੈ। ਮੈਂ ਕੋਈ ਇਤਿਹਾਸ ਦੀ ਗੱਲ ਨਹੀਂ ਛੱਡਣੀ ਚਾਹੁੰਦਾ, ਨਾ ਮੈਂ ਕੋਈ ਬਹੁਤੀ ਗੁਰਬਾਣੀ ਦੀ ਲੰਮੀ ਵਿਚਾਰ ਕਰਨੀ ਚਾਹੁੰਦਾ ਕਿਉਂਕਿ ਟਾਈਮ ਦੀ ਸ਼ਾਰਟ ਹੈ, ਪਰ ਮੈਂ ਇਸ਼ਾਰੇ ਮਾਤਰ ਨਾਲ ਨਾਲ ਤੁਹਾਨੂੰ ਬੀਬੀ ਸੁਰਿੰਦਰ ਕੌਰ ਜੀ ਵੱਲ ਫਿਰ ਧਿਆਨ ਦਿੰਦਾ ਕਿ ਬੀਬੀ ਸੁਰਿੰਦਰ ਕੌਰ ਜਿਨ੍ਹਾਂ ਦਾ ਅਸੀਂ ਅੱਜ ਦੁਸਹਿਰਾ ਮਨਾ ਰਹੇ ਹਾਂ, ਜਿੱਥੇ ਉਹਨਾਂ ਨੇ ਚੰਗੀ ਧਰਮ ਦੀ ਸੇਵਾ ਨਿਭਾਈ, ਕਿਰਤ ਦੀ ਕਮਾਈ ਕੀਤੀ, ਵੰਡ ਕੇ ਛਕਿਆ, ਉੱਥੇ ਜ਼ਬਾਨ ਦੇ ਬੜੇ ਪੱਕੇ ਸਨ, ਜਿਹੜੀ ਗੱਲ ਕਰ ਦਿੰਦੇ ਸਨ ਉਸ 'ਤੇ ਪੱਕਾ ਬਹਿਰਾ ਦਿੰਦੇ ਸਨ, ਔਰ ਸ਼ੇਰ ਦਿਲ ਔਰਤ ਸੀ, ਸ਼ੇਰ ਦਿਲ ਆਪਾਂ ਕਹਿੰਦੇ ਹਾਂ, ਸ਼ੇਰਾਂ ਵਰਗਾ ਉਹਦਾ ਦਿਲ ਸੀ ਬੀਬੀ ਸੁਰਿੰਦਰ ਕੌਰ ਦਾ, ਇਹੋ ਜਿਹਾ ਜੀਵਨ ਸੀ ਜਿਹਨਾਂ ਦੇ ਜੀਵਨ ਕਰਕੇ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ। ਫਿਰ ਗੁਰੂ ਮਹਾਰਾਜ ਨੇ ਇਸ ਪਰਿਵਾਰ ਦੇ ਉੱਤੇ ਕਿਰਪਾ ਕੀਤੀ ਹੈ, ਮਾਤਾ ਜੀ ਦੀਆਂ ਤਿੰਨ ਨੂੰਹਾਂ, ਤਿੰਨੇ ਧਾਰਮਿਕ ਆ, ਤਿੰਨੇ ਉਹਨਾਂ ਦਾ ਜੀਵਨ ਬੜਾ ਧਾਰਮਿਕ ਆ, ਤਿੰਨਾਂ ਨੂੰਹਾਂ ਦਾ ਜੀਵਨ ਬੜਾ ਬੇਦਾਗ ਆ, ਔਰ ਗੁਰਬਾਣੀ ਨਾਲ ਪ੍ਰੇਮ ਰੱਖਣ ਵਾਲੀਆਂ, ਇਤਿਹਾਸ ਨਾਲ ਪ੍ਰੇਮ ਰੱਖਣ ਵਾਲੀਆਂ, ਜਿੱਥੇ ਪਰਿਵਾਰ ਵਿੱਚ ਸੇਵਾ ਨਿਭਾਉਣ ਵਾਲੀਆਂ, ਉੱਥੇ ਹਰ ਗੱਲ ਨੂੰ ਸਮਝਣ ਵਾਲੀਆਂ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਵਾਲੀਆਂ ਬੀਬੀ ਦੀਆਂ ਤਿੰਨੇ ਨੂੰਹਾਂ ਵਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨੇੜੇ ਹੋ ਕੇ ਵੇਖਿਆ। ਫਿਰ ਬੀਬੀ ਜੀ ਦੇ ਜਿੱਥੇ ਤਿੰਨ ਪੁੱਤ ਵਾ, ਤਿੰਨ ਨੂੰਹਾਂ, ਉੱਥੇ ਛੇ ਪੁੱਤਰੇ ਆ, ਔਰ ਛੇ ਹੀ ਬੜੇ ਲਾਇਕ ਆ,
अपनी अपनी जगह से सारे काम कर रहे हैं। छोट मोट घटना तो इलावा बहुत ज्यादा वधिया उन्होंने आप इंसान कह सकते हैं। MBBS डॉक्टर आते हैं। ये भी माता जी की पिछों एक स्पिरिट सी, एक देन सी, एक उन्होंने प्रेरणा सी, एक चंगी सेहत सी कि कौम को 3 MBBS डॉक्टर दे के गए। जिते शहीद की माता वा, डॉक्टर की माता वा, पंजाब पुलिस के अधिकारियों की वो माता, जिते पंथक परिवार है अज इस करके पंजाब पुलिस के बहुत सारे अधिकारी पहला भी आए हैं अज भी आके बिच बैठे आ पंडाल के। पंजाब पुलिस भी मैं इस करके टाइम उन्होंने दिता होर भी कथावाचक बहुत सन पर पंजाब पुलिस वाले इस करके बुलाया भी पब्लिक को पता लग जाए दुनिया को कि पंजाब पुलिस के भी गुरबाणी के महल बहुत वड्डे वड्डे बंदे अजे भी बैठे हैं जिहड़े गुरबाणी को बहुत चंगी तरह जानते हैं। मैं इन्हां अफसरां दे नाल कई बार मैनूं DGP साहब नूं मौका मिलिया मिलण दा और गुरबाणी दी विचार करन दा संतां महापुरशां दी कृपा दे नाल। मैं DGP साहब जिहड़े अज दे आ सुरेश अरोड़ा साहब जां उत्थे HS ते दोहां उन्हां दा पहला जीवन मैनूं नहीं पता किदां दा नहीं पर मैं ये जरूर वेख्या कि उन्होंने सुखमणी साहब ते जपजी साहब दा पाठ च बाणी कंठ आ मूह जबानी कंठा गुटके तो सारे वेख लेंगे गुटकिया वाल वेख के सारे पाठ कर लेंगे पोथिया वाल देख के सारी दुनिया ही पाठ करती है पर मैं उन्होंने आप सुनिया भी वो जपजी साहब तो सुखमणी साहब किवें बिना गुटके तो बिना किसी पासी पोथी तो किवें वो सुनते हैं जां पढ़ते हैं। ये वाहिगुरु की कृपा कि पंजाब पुलिस के भी गुरबाणी तो जाणू बंदे बैठे है हर महकमे बंदे बड़े बड़े चंगे गुरबाणी तो जाणू बैठे आ भावे वह टीचर महकमा भावे वह बिजली बोर्ड का महकमा हर महकमा कोई माड़ा नहीं जिदा परिवार में कोई बंदे सारे माड़े नहीं होंगे बंदा वैसे कोई भी नहीं माड़ा होता बंदे के असूल ही माड़े होंगे है जो बंदे के काम माड़े बंदा माड़ा जो बंदे के काम चंगे बंदा बंदा चंगा। सो इस करके जिते धार्मिक तीन दोवां माता जी सानू दे के गए जिन्हों से चंगी आस रखी जा सकती है उत्थे एक नौना दी सरकारी टीचर है और चंगी सेवा निभा रहे हैं ईमानदारी के नाल। सो उन्होंने भी पढ़ाई लिखाई के बाकी परिवार को चंगा योगदान पाया। सो मैं बहुत समय ना लवा हुण मैं मास्टर जोर सिंह जी को बेनती करा कि चंद मिनटा वास्ते अपनी श्रद्धा के फल माता सुरिंदर कौर जी को भेंट कर मास्टर जोर सिंह जी ते गुरु के दरबार च यह सुभा वरत्या जा रहा मैं उस अपनी करदा और उस माता ने बहुत ही प्यार सिखी की सेवा की पंथ की सेवा की कौम गुरु गोसा संगत बुलाओ वाहेगुरु जी का खालसा वाहेगुरु जी की फतेह। अज असी सारे बाजवा परिवार उन्होंने रिश्तेदार संगी साथी नगर वाले इलाके वाले माता सुरिंदर कौर जी अंतम अरदास के मौके पर कट्ठे हुए हैं। डेरे तो पहला तुसा भाई सरजीत सिंह होर को गुरमत विचार सुनिया और बाबा हजूर सिंह मैं उन्हों जिंदा शहीद के रूप से देखता हूँ इन्हें तो मां के पुत्र बलविंदर का जिक्र किया मैं यदा भी जिक्र अपनी अखी देखा होया माता के बेटे की जिक्र इन्होंने की है। मैं उन्हें चार बच्चों एक दिन पहला हवालदार चो मिल के आया और अगले दिन ही मैं जब पता लगा कि उन्होंने शहीद कर दिता गया कोई मुकाबला नहीं सी अब पुलिस अफसर बहुत बैठे थे
ਉਹ ਕੰਮ ਕਰ ਰਹੇ ਨਹੀਂ ਸੀ, ਉਹ ਵਕਤ ਹੀ ਆ ਗਿਆ ਸੀ। ਪੁਲਿਸ ਵਾਲਿਆਂ ਦੇ ਘਰਦਿਆਂ ਨੂੰ ਵੀ ਮਾਰ ਦਿੰਦੇ ਸੀ, ਬਿਜਲੀ ਬੋਰਡ ਵਾਲਿਆਂ ਦੇ ਘਰਦਿਆਂ ਨੂੰ ਮਾਰ ਦਿੰਦੇ ਸੀ, ਹੋਮਗਾਰਡ ਨੂੰ ਘਰਦਿਆਂ ਨੂੰ ਵੀ ਮਾਰ ਦਿੰਦੇ ਸੀ। ਉਹ ਬੜਾ ਭਿਆਨਕ ਟਾਈਮ ਸੀ, ਇਸ ਮਾਂ ਨੇ ਉਹ ਟਾਈਮ ਵੀ ਵੇਖਿਆ। ਅੱਜ ਉਹ ਬਾਬੇ ਦੀ ਕਿਰਪਾ ਹੈ ਪਰਿਵਾਰ ਤੇ, ਜ਼ਿਕਰ ਕੀਤਾ ਜਗਰਾਜ ਸਿੰਘ ਹੋਰਾਂ ਨੇ, ਪਰ ਉਹ ਵਕਤ ਬਹੁਤ ਭਿਆਨਕ ਸੀ। ਮੈਂ ਉਹ ਵਕਤ ਵੀ ਦੇਖਿਆ ਜਦੋਂ ਮਾਂ ਬਾਪ ਆਪਣੇ ਬੱਚੇ ਦੀ ਲਾਸ਼ ਵੇਖ ਕੇ ਸਿਰ ਫੇਰ ਦਿੰਦੇ ਸੀ ਵੀ ਸਾਡਾ ਬੱਚਾ ਨਹੀਂ ਹੈ। ਉਹ ਸਮਝਦੇ ਸੀ ਵੀ ਇਹ ਤਾਂ ਚਲਾ ਗਿਆ, ਸਾਨੂੰ ਦਿੱਤਾ ਬਾਅਦ ਚ ਪੈਣੀ ਹੈ। ਬੜਾ ਭਿਆਨਕ ਟਾਈਮ ਸੀ। ਸੋ ਇਹ ਮਾਂ ਵਾਕਿਆ ਇਹਦਾ ਸੁਭਾਅ ਬੰਦਿਆਂ ਵਰਗਾ ਸੀ, ਇਨਸਾਨਾਂ ਵਰਗਾ ਸੀ, ਦਲੇਰ, ਕਿਉਂਕਿ ਸਭ ਤੋਂ ਵੱਧ ਤਕਲੀਫ ਜਿਹੜੀ ਹੈ ਉਹ ਮਾਂ ਨੂੰ ਹੁੰਦੀ ਹੈ। ਜਦੋਂ ਕਿਸੇ ਧੀ ਪੁੱਤ ਨੂੰ ਕੋਈ ਦੁੱਖ ਪਾਉਂਦਾ ਹੈ ਤਾਂ ਸਭ ਤੋਂ ਵੱਧ ਪੀੜਾ ਉਹਦੀ ਮਾਂ ਨੂੰ ਹੁੰਦੀ। ਪਰ ਮਾਂ ਦੇ ਗੁਰੂ ਦੀ ਕਿਰਪਾ ਸੀ ਅੰਮ੍ਰਿਤਧਾਰੀ ਸਨ, ਦੁੱਖ ਤੇ ਸੁੱਖ ਉਸ ਮਾਲਕ ਦੀ ਦੇਣ, ਸਭ ਉਹਦੇ ਹੁਕਮ 'ਚ ਹੁੰਦਾ। ਜਿਹਨਾਂ ਨੂੰ ਜਿਹਨਾਂ ਲੋਕਾਂ ਨੇ ਗੁਰੂ ਦਾ ਲੜ ਫੜਿਆ ਹੁੰਦਾ ਉਹਨਾਂ ਨੂੰ ਇੰਨੀ ਸੋਝੀ ਹੁੰਦੀ ਹੈ ਕਿ ਸਾਰਾ ਕੁਝ ਪਾਣੀ 'ਚ ਹੈ ਕਿ ਅਸੀਂ ਕੁਛ ਨਹੀਂ ਕਰ ਸਕਦੇ। ਸੋ ਮੈਂ ਐਸੀ ਮਾਂ ਦੇ ਚਰਨਾਂ 'ਚ ਸੀਸ ਝੁਕਾਉਂਦਾ। ਹਜੂਰਾ ਸਿੰਘ ਜ਼ਰੂਰੀ ਤੋਂ ਬਾਅਦ ਅੱਜ ਪੁਲਿਸ ਵਾਲਿਆਂ ਦੀ ਸਿਫਤ ਕਰ ਰਿਹਾ। ਮੈਂ ਪੁੱਛ ਰਿਹਾ ਸੀ ਮੇਰੇ ਨਾਲ ਬੈਠੇ ਕੱਟਾਪੁਰ ਸਾਹਿਬ, ਕਿਤੇ ਹਜੂਰਾ ਸਿੰਘ ਪੁਲਿਸ 'ਚ ਭਰਤੀ ਤਾਂ ਨਹੀਂ ਹੋ ਗਿਆ। ਮੈਂ ਜੋ ਵੀ ਟਾਈਮ ਵੇਖਿਆ ਹਜੂਰਾ ਸਿੰਘ ਹੋਰਾਂ ਦਾ, ਇਹਨਾਂ ਨੂੰ ਜ਼ਿੰਦਗੀ 'ਚ ਵੱਧ ਤੋਂ ਟਾਈਮ ਮਿਲਿਆ। ਇਹਨਾਂ ਨੂੰ ਮੈਂ ਮਕੇਰੀਆਂ ਤੋਂ ਲੈ ਕੇ ਆਇਆ ਸੀ, ਕੋਈ ਆਸ ਨਹੀਂ ਸੀ। ਜਿਸ ਬੰਦੇ ਨੇ ਮੈਨੂੰ ਦਿੱਤਾ ਸੀ ਮੈਨੂੰ ਕਹਿੰਦਾ ਛੋਟੇਪੁਰ ਦੇ ਤਾਂ ਰਾਜ ਮਾਰਿਆ ਜਾਣਾ, ਇਹਨੂੰ ਕੱਲ੍ਹ ਨਹੀਂ ਫੜ ਰਹੇ। ਮੈਂ ਕਿਹਾ ਨਹੀਂ, ਗੁਰੂ 'ਤੇ ਸਾਡਾ ਭਰੋਸਾ ਹੈ, ਤੂੰ ਬੋਲਿਆ ਅਸੀਂ ਤੈਨੂੰ ਕੱਖ ਨਹੀਂ ਕਹਿੰਦੇ। ਉਦੋਂ ਪੁਲਿਸ ਵਾਲੇ ਵੀ ਬੜੇ ਕਹਿੰਦੇ ਵੀ ਛੋਟੇਪੁਰ 'ਚ ਅਸੀਂ ਤੁਹਾਡੇ ਕਹਿੰਦੇ ਬੰਦਾ ਤਾਂ ਛੱਡ ਦਿੰਦੇ ਹਾਂ, ਪਰ ਜੇ ਬੰਦੇ ਨੂੰ ਕੱਲ੍ਹ ਨੂੰ ਕੁਝ ਹੋ ਗਿਆ ਸਾਨੂੰ ਪਈ ਫਿਰੋਗੇ। ਮੈਂ ਕਿਹਾ ਨਹੀਂ, ਤੁਸੀਂ ਦੇ ਦਿਓ ਅਤੇ ਵਾਹਿਗੁਰੂ ਨੇ ਜੇ ਵਧੀਆ ਹੋਈ ਤਾਂ ਬਚਰ। ਮੈਂ ਜਦੋਂ ਉਹਨਾਂ ਨੂੰ ਸੇਵਾ ਕਰਦਾ ਦੇਖਦਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਪੁਲਿਸ 'ਚ ਜਗਰਾਜ ਸਿੰਘ ਵਰਗੇ ਬੰਦੇ ਵੀ ਹੈਗੇ ਆ, ਜਿਹੜਾ ਡੀ ਜੀ ਪੀ ਰਿਟਾਇਰ ਹੋਇਆ ਉਹਨੂੰ ਚੱਜ ਦੇ ਥਾਂ ਕਿਸੇ ਨੇ ਲਾਇਆ ਹੀ ਨਹੀਂ। ਜਿਹੜੇ ਨੇਕ ਆਦਮੀ ਹੈ ਉਹਨਾਂ ਨੂੰ ਬਹੁਤ ਘੱਟ ਪੋਸਟਿੰਗ ਮਿਲਦੀ ਹੈ, ਮਾਫ ਕਰਨਾ ਝੋਲ ਚੁੱਕਾਂ ਨੂੰ ਮਿਲਦੀ ਹੈ, ਚੰਗੇ ਬੰਦਿਆਂ ਨੂੰ ਇਹੋ ਜਿਹੀ ਥਾਂ 'ਤੇ ਨਹੀਂ ਲੈਂਦੇ ਜਿੱਥੇ ਲੋਕਾਂ ਦਾ ਭਲਾ ਕਰ ਸਕੇ। ਬੜੇ ਬੜੇ ਨੇਕ ਬੰਦੇ ਪੁਲਿਸ 'ਚ ਹੈਗੇ ਆ ਜਿਹਨਾਂ ਦੀ ਸਹੁੰ ਨਹੀਂ ਖਾਧੀ ਜਾ ਸਕਦੀ, ਬਹੁਤ ਬਹੁਤ ਵਧੀਆ ਬੰਦੇ। ਸੋ ਉਹ ਬੜਾ ਭਿਆਨਕ ਟਾਈਮ ਸੀ ਜਿਹਦਾ ਜ਼ਿਕਰ ਕੀਤਾ। ਮੇਰਾ ਇਸ ਪਰਿਵਾਰ ਨਾਲ ਬੜਾ ਪੁਰਾਣਾ ਸੰਬੰਧ ਹੈ, ਜਦੋਂ ਕੋਈ ਕਿਸੇ ਦੇ ਮਗਰ ਨਹੀਂ ਸੀ ਜਾਂਦਾ, ਹਾਲਾਤ ਇਹੋ ਜਿਹੇ ਸੀ, ਅਸੀਂ ਉਦੋਂ ਵੀ ਜਿੰਨੇ ਯੋਗੇ ਸਨ, ਜਿੰਨੀ ਗੁਰੂ ਨੇ ਸਮਰੱਥਾ ਦਿੱਤੀ ਹੋਈ ਸੀ, ਜਿੰਨੇ ਯੋਗੇ ਸਨ, ਸਮਾਜ ਦੀ ਸੇਵਾ ਕਰੀ ਦੀ ਸੀ। ਇਹ ਸਾਨੂੰ ਜਨਮ ਬੜੇ ਪੂਰਨ ਭਾਗਾਂ ਨਾਲ ਮਿਲਦਾ ਹੈ। ਜਿਹੜੇ ਮਨੁੱਖ ਇੱਕ ਗਲਤ ਫਹਿਮੀ ਚ ਨਾ ਕਿ ਅਸੀਂ ਜਨਮ ਲੈ ਕੇ ਆਪਣੇ ਨਿਆਣਿਆਂ ਵਾਸਤੇ ਠੱਗੀ ਠੋਰੀ ਮਾਰ ਦਈਏ, ਜਾਇਦਾਦ ਬਣਾ ਦਈਏ, ਕਾਰੋਬਾਰ ਵੱਡਾ ਕਰ ਦਈਏ, ਮੂਰਖ ਨੇ, ਇਹ ਇਨਸਾਨੀ ਜਾਮਾ ਇਸ ਕਰਕੇ ਨਹੀਂ ਮਿਲਦਾ। ਇਨਸਾਨੀ ਜਾਮਾ ਇਸ ਕਰਕੇ ਮਿਲਦਾ ਕਿ ਇਹੀ ਇੱਕ ਪਰਮਾਤਮਾ ਨੂੰ ਮਿਲਣ ਦਾ ਮੁਕਾਮ ਹੈ, ਇੱਥੇ ਉਹਦੀ ਪ੍ਰਾਪਤੀ ਹੋ ਸਕਦੀ ਹੈ। ਨਹੀਂ ਤਾਂ ਜਾਨਵਰ ਪਸ਼ੂ ਪੰਛੀ ਵੀ ਆਪਣੇ ਬੱਚਿਆਂ ਨੂੰ ਬੜਾ ਪਿਆਰ ਕਰਦੇ ਆ। ਕਿਸੇ ਪੰਛੀ ਦਾ ਬੱਚਾ ਚੱਕ ਕੇ ਦੇਖੋ ਕਿਤਰਾ ਤੜਪਦਾ ਮਗਰ, ਕਿਸੇ ਜਾਨਵਰ ਦਾ ਬੱਚਾ ਚੱਕ ਕੇ ਦੇਖੋ ਮਗਰ ਭੱਜਿਆ ਹੁੰਦੀਆਂ ਗਾਵਾਂ ਮੱਝਾਂ ਆਪਣੇ ਬੱਚੇ ਦੇ, ਤੇ ਸਾਡਾ ਤਾਂ ਉਹਨਾਂ ਦਾ ਫਰਕ ਕੀ ਹੈ। ਇਹ ਜਨਮ ਬੜੇ ਪੂਰਨ ਭਾਗਾਂ ਨਾਲ ਮਿਲਦਾ, ਆਪਣੇ ਬੱਚੇ ਵੀ ਪਾਲੋ ਤੇ ਸੱਚ ਵੀ ਬੋਲੋ, ਦਸਾਂ ਨੌਹਾਂ ਦੀ ਕਿਰਤ ਕਰੋ। ਇਸ ਪਰਿਵਾਰ ਨੇ ਦਸਾਂ ਨੌਹਾਂ ਦੀ ਕਿਰਤ ਕੀਤੀ ਹੈ, ਤਾਂ ਇਹਨਾਂ ਦੇ ਪਰਿਵਾਰ ਨੇ ਤਰੱਕੀ ਕੀਤੀ ਹੈ। ਜਿਹੜੇ ਲੁੱਟਮਾਰ ਦਾ ਮਾਲ ਜਿਹਨਾਂ ਦੇ ਘਰਾਂ 'ਚ ਹੁੰਦਾ, ਉਹਨਾਂ ਦੇ ਮੈਂ ਕਦੀ ਘਰਾਂ ਦੀਆਂ ਤਰੱਕੀਆਂ ਹੁੰਦੀਆਂ ਨਹੀਂ ਰੋਕੀ, ਮਾਲ ਇਕੱਠਾ ਤਾਂ ਹੋ ਜਾਂਦਾ ਪਰ ਬਹੁਤ ਕੋਈ ਨਾਲ ਲੈ ਕੇ ਜਾਂਦਾ। ਹਮੇਸ਼ਾ ਉਹਨਾਂ ਲੋਕਾਂ ਦਾ ਮੈਂ ਸਮਝਣਾ ਕਿ ਜਿਹੜਾ ਇਨਸਾਨੀ ਜਾਮਾ ਸਾਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤਾ, ਇਹਦਾ ਫਾਇਦਾ ਤਾਂ ਹੀ ਹੈ, ਸਫਲ ਤਾਂ ਹੀ ਹੈ, ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਅਸੀਂ ਤਾਂ ਹੀ ਸਿਰ ਉੱਚਾ ਚੜ ਕੇ ਜਾ ਸਕਦੇ ਹਾਂ ਜੇ ਦੁਨੀਆਂ ਦੇ ਵਿੱਚ ਚੰਗੇ ਕੰਮ ਕਰੀਏ। ਚੰਗੇ ਕੰਮ ਕੀ ਹੈ?
ਇਹ ਸਾਨੂੰ ਜਮ੍ਹਾਂ ਹੋਇਆ, ਸਾਨੂੰ ਦਸਾਂ ਲੋਕਾਂ ਦੀ ਕਿਰਤ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਸਵਸਥ ਸੁਣਾ ਲੈਣਾ ਚਾਹੀਦਾ ਅਤੇ ਦਸਾਂ ਬਣਨਾ ਚਾਹੀਦਾ, ਕਿਸੇ ਦੇ ਕੰਮ ਆਉਣਾ ਚਾਹੀਦਾ। ਮਹਾਰਾਜ ਨੇ ਕਿਹਾ ਗਰੀਬ ਦਾ ਰੂਹ ਗੁਰੂ ਦੀ ਗੋਲਕ ਹੈ, ਕਿਸੇ ਮਾੜੇ ਨੂੰ ਮਦਦ ਕਰਨੀ ਜਿਹੜੀ ਹੈ ਇਹ ਦਸਵੰਧ ਹੈ। ਪਰਮਾਤਮਾ ਦਾ ਨਾਂ ਲੈਣਾ ਚਾਹੀਦਾ, ਉੱਠੋ ਵੇਲੇ ਸਾਰੀ ਦੁਨੀਆ ਲੈਂਦੀ ਹੈ, ਜਦੋਂ ਬਿਪਤਾ ਬਣਦੀ ਹੈ ਸਾਰੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਭਗਵਾਨ ਦਾ ਨਾਂ ਲੈਂਦੇ। ਜਦੋਂ ਚਾਹੀਦੀ ਗਲਾਂ 'ਚ ਹੁੰਦੇ ਆ ਉਦੋਂ ਉਹੀ ਉਹਦਾ ਨਾਂ ਲੈਂਦਾ ਜਿਹਨੂੰ ਸੋਝੀ ਹੁੰਦੀ। ਸੋ ਉਸ ਪਰਮਾਤਮਾ ਦਾ ਸਵਾਸ ਸਵਾਸ ਨਾਂ ਲੈਣਾ ਚਾਹੀਦਾ ਅਤੇ ਦਸਾਂ ਲੋਕਾਂ ਦੀ ਕਿਰਤ ਕਰਨੀ ਚਾਹੀਦੀ ਹੈ। ਮੇਰਾ ਆਪਣਾ ਵਿਸ਼ਵਾਸ ਹੈ, ਮੈਂ ਬਹੁਤ ਸਾਰੀਆਂ ਮਿਸਾਲਾਂ ਦੇ ਸਕਦਾ ਜਿਹਨਾਂ ਘਰਾਂ ਵਿੱਚ ਲੁੱਟਮਾਰ ਦਾ ਮਾਲ ਆਉਂਦਾ, ਉਹਨਾਂ ਘਰਾਂ ਦਾ ਵਾਤਾਵਰਨ ਜਿਹੜਾ ਉਹ ਬਹੁਤ ਹੀ ਮਾੜਾ ਹੁੰਦਾ ਹੈ। ਉੱਥੇ ਭੂਤਰਿਆਂ ਦਾ ਵਾਸਾ ਹੁੰਦਾ ਹੈ, ਜਿੱਥੇ ਦਸਾਂ ਲੋਕਾਂ ਦੀ ਕਿਰਤ ਕਮਾਈ ਹੁੰਦੀ ਹੈ, ਉਹਨਾਂ ਪਰਿਵਾਰਾਂ ਦਾ ਮਾਹੌਲ ਸਤਸੰਗ ਵਰਗਾ ਹੁੰਦਾ। ਸੋ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਅਜਿਹੇ ਸਮੇਂ 'ਤੇ ਇੱਕ ਧਾਰਮਿਕ ਮਾਤਾ ਦੇ ਅਸੀਂ ਉੱਤਮ ਅਰਦਾਸ ਦੇ ਮੌਕੇ 'ਤੇ ਇਕੱਠੇ ਹੋਏ ਨੇ, ਸਾਨੂੰ ਦਸਾਂ ਲੋਕਾਂ ਦੀ ਕਿਰਤ ਕਰਨੀ ਚਾਹੀਦੀ ਹੈ। ਕਿਸੇ ਦੇ ਕੰਮ ਆਉਣਾ ਚਾਹੀਦਾ ਉਸ ਪਰਮਦਾਰ ਨੂੰ ਜਿਹੜੇ ਦੁਨੀਆਂ 'ਚ ਸਾਨੂੰ ਭੇਜਿਆ, ਜਿਹਦੀ ਬਦੌਲਤ ਅਸੀਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਛੱਕਦੇ ਹਾਂ, ਸੁੰਦਰ ਵਸਤਰ ਪਹਿਨਦੇ ਹਾਂ, ਪ੍ਰਕਿਰਤੀ ਦਾ ਆਨੰਦ ਮਾਣਦੇ ਹਾਂ। ਕਿਸੇ ਬਿਮਾਰ ਨੂੰ ਪੁੱਛ ਕੇ ਦੇਖੋ, ਗਰੀਬ ਨੂੰ ਪੁੱਛੋ ਕਿ ਕਿਉਂ ਗਰੀਬੀ ਕੀ ਹੋਣੀ ਹੈ। ਜਿਸ ਪਰਮਾਤਮਾ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਉਸ ਪਰਮਾਤਮਾ ਦਾ ਸਾਨੂੰ ਸਵਾਸ ਸਵਾਸ ਨਾ ਲੈਣਾ ਚਾਹੀਦਾ। ਸੋ ਮੈਂ ਬਹੁਤ ਪੁੱਛਣਾ ਕਹਿੰਦਾ ਹੋਇਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਫੋਨ ਵੀ ਕਰਦੇ ਕਿ ਸੱਚੇ ਪਾਤਸ਼ਾਹ ਮਾਤਾ ਸਰਵਜਨ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੋ, ਔਰ ਇਸ ਪਰਿਵਾਰ ਨੂੰ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਦੇ ਵਿੱਚ ਵੀ ਸੱਚ ਦਾ ਪੱਲਾ ਨਹੀਂ ਛੱਡਿਆ। ਮੈਂ ਬਹੁਤ ਸਾਰੇ ਲੋਕ ਦੇਖੇ ਹੈ ਜਿਹੜੇ ਕਹਿੰਦੇ ਨੂੰ ਸਲਾਮ ਕਰਦੇ ਆ, ਜਿਹੜੇ ਮਤਲਬ ਪ੍ਰਸਤ ਨੇ, ਬਹੁਤ ਘੱਟ ਲੋਕ ਆ ਜਿਹੜੇ ਸੱਚ ਦਾ ਸਾਥ ਦਿੰਦੇ ਆ। ਸੱਚ ਬੋਲਣਾ ਅਤੇ ਸੱਚ ਦਾ ਸਾਥ ਦੇਣਾ ਦੋਵੇਂ ਬਹੁਤ ਔਖੇ ਆ, ਪਰ ਜਨਮ ਸਫਲਾ ਉਹਨਾਂ ਦਾ ਹੀ ਹੈ ਜਿਹੜੇ ਦੁਨੀਆਂ ਵਿੱਚ ਆ ਕੇ ਸੱਚ ਬੋਲਦੇ ਆ, ਜਿਹੜੇ ਦੁਨੀਆਂ 'ਚ ਆ ਕੇ ਚੰਗੇ ਕੰਮ ਕਰਦੇ ਆ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਆ ਕੇ ਸ਼ਰਮ ਸਾਥ ਹੋਣਾ ਪੈਂਦਾ। ਵਿੱਚ ਦੁਨੀਆਂ ਸੇਵ ਕਮਾਈਏ ਅਤੇ ਦਰਗੇ ਦਸਮ ਪਾਈਏ, ਜਿਹੜਾ ਦੁਨੀਆਂ 'ਚ ਚੰਗੇ ਕੰਮ ਕਰਦਾ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਚੰਗੀ ਥਾਂ ਮਿਲਦੀ ਹੈ। ਸੋ ਮਾਤਾ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਚੰਗੀ ਥਾਂ ਨਹੀਂ ਮਿਲਦੀ, ਕਿਉਂਕਿ ਉਹ ਧਾਰਮਿਕ ਬਿਰਤੀ ਦੇ ਸਨ, ਉਹ ਕਿਸੇ ਦਾ ਬੁਰਾ ਨਹੀਂ ਸੀ ਕਰਦੇ, ਉਹ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਸਨ ਅਤੇ ਦੁੱਖ ਸੁੱਖ ਨੂੰ ਬਰਾਬਰ ਕਰਕੇ ਜਾਣਦੇ ਸਨ। ਸੋ ਮੈਂ ਸਾਰੇ ਪਰਿਵਾਰ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਸਾਂਝਾ ਕਰਦਾ ਔਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪਰਿਵਾਰ ਦਿਨ ਦੂਰ ਰਾਤ ਚੌਕੋਂ ਪ੍ਰਤੀ ਕਰੇ ਅਤੇ ਆਪਣੀ ਬਹਾਦਰ ਕੌਮ ਦਾ ਨਾਂ ਦੁਨੀਆਂ ਵਿੱਚ ਰੋਸ਼ਨ ਕਰਨ। ਇਹ ਮੇਰੀ ਗੁਰੂ ਦੇ ਚਰਨਾਂ 'ਚ ਅਰਦਾਸ ਹੈ। ਇਹਨਾਂ ਅੱਖਰਾਂ ਦੇ ਨਾਲ ਜੇ ਕੋਈ ਵੱਧ ਘੱਟ ਅੱਖਰ ਬੋਲਿਆ ਗਿਆ ਹੋਵੇ ਸੰਗਤ ਕੋਲ ਕਹਿਣਾ ਚਾਹੁੰਦੇ ਫਤਿਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਬਕਾ ਮੰਤਰੀ ਪੰਜਾਬ ਸਰਦਾਰ ਸੁੱਚਾ ਸਿੰਘ ਜੀ ਛੋਟੇਪੁਰ, ਉਹਨਾਂ ਨੇ ਜੋ ਕਿਹਾ ਬਿਲਕੁਲ ਠੀਕ ਹੈ। ਮੈਂ ਇੱਕ ਹੋਰ ਗੱਲ ਆਪ ਪੁਆਇੰਟ ਦੀ ਆਪ ਨੂੰ ਦੱਸਣੀ ਚਾਹੁੰਦਾ ਹਾਂ। ਜਿਹੜਾ ਸਤਿਕਾਰਯੋਗ ਗੁਰੂ ਤੇ ਸਾਧ ਸੰਗਤ ਜੀ ਅਤੇ ਮੇਰੇ ਬਹੁਤ ਸਤਿਕਾਰਯੋਗ ਨਹੀਂ ਹਨ, ਪਰ ਉਹਨਾਂ ਵਿਚਾਰ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਹਾਂ। ਸੋ ਤੇਰੀ ਸਾਧ ਸੰਗਤ ਜੀ, ਆਪ ਜੀ ਸਭ ਨੂੰ ਪਤਾ ਹੈ ਮਾਤਾ ਜੀ ਦੇ ਜੀਵਨ ਬਾਰੇ, ਤਕਰੀਬਨ ਸਾਰੇ ਬੁਲਾਰਿਆਂ ਨੇ ਉਹਨਾਂ ਦੇ ਜੀਵਨ ਬਾਰੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਧਾਰਮਿਕ ਜੀਵਨ ਸੀ, ਕਿਸ ਤਰ੍ਹਾਂ ਦੀ ਉਹਨਾਂ ਦੀ ਉੱਚੀ ਸੋਚ ਸੀ ਜਿਸ ਦੇ ਨਾਲ ਉਹ ਆਪਣੇ ਪਰਿਵਾਰ ਨੂੰ ਇੰਨੇ ਕਸ਼ਟ ਸਹਾਰਦੇ ਹੋਏ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਨੂੰ ਬੁਲੰਦੀਆਂ ਤੱਕ ਪਹੁੰਚਾਇਆ। ਸੋ ਕਹਿੰਦੇ ਸਾਧ ਸੰਗਤ ਜੀ, ਉਹ ਇਹ ਉਸ ਅਕਾਲ ਪੁਰਖ ਦਾ ਜੋ ਹੁਕਮ ਹੁੰਦਾ ਹੈ ਨਾ, ਉਹਦੇ ਨਾਲ ਹੀ ਇਨਸਾਨ ਚੱਲਦਾ, ਕਿਉਂਕਿ ਇਹ ਤੁਰ ਲਿਖਿਆ ਹੁੰਦਾ ਤੇਰੀ ਸਾਧ ਸੰਗਤ ਜੀ ਕਿ ਇਨਸਾਨ ਨੇ ਕਿਹੜੇ ਕੰਮ ਕਰਨੇ ਨੇ। ਇਹ ਮਾਤਾ ਜੀ ਨੂੰ ਡਿਊਟੀ ਮਿਲੀ ਸੀ ਗੁਰੂ ਮਹਾਰਾਜ ਵੱਲੋਂ ਕਿ ਤੂੰ ਇਸ ਤਰ੍ਹਾਂ ਕਸ਼ਟ ਵੀ ਕੱਟਣੇ ਹੈ ਅਤੇ ਲੋਕਾਂ ਦੇ ਵਿੱਚ ਦੱਸਣਾ ਆਪਣੇ ਜੀਵਨ ਬਿਤਾ ਕੇ ਕਿ ਆਪਾਂ ਆਪਣਾ ਜਿਹੜਾ ਉੱਚਾ ਜੀਵਨ ਸਾਨੂੰ ਮਿਲਿਆ ਉਹ ਆਪਾਂ ਬਰਕਰਾਰ ਰੱਖਣਾ, ਉਹ ਮਾਤਾ ਨੇ ਰੱਖਿਆ। ਸੋ ਅੱਜ ਸਾਰੇ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਹਨ। ਮੈਂ ਜਿਸ ਤਰ੍ਹਾਂ ਪਹਿਲਾਂ ਦੱਸ ਰਹੇ ਸਨ ਕਿ ਸਰਕਾਰ ਜੋ ਬਲਵਿੰਦਰ ਸਿੰਘ ਜੀ ਉਹਨਾਂ ਦੇ ਬੇਟੇ ਸ਼ਹੀਦ ਹੋਏ, ਫਿਰ ਉਹਨਾਂ ਦੇ ਬੇਟੇ ਜਿਹੜੇ ਨੇ ਪੁਲਿਸ ਵਿੱਚ ਵੀ ਭਰਤੀ, ਬਹੁਤ ਵਧੀਆ ਜੀਵਨ ਸੀ ਇਹ, ਉਹਨਾਂ ਦੀ ਸੋਚ ਸੀ, ਉਹਨਾਂ ਨੇ ਆਪਣੀ ਸੋਚ ਦੇ ਸਦਕਾ ਆਪਣੇ ਪਰਿਵਾਰ ਨੂੰ ਪੜ੍ਹਾਇਆ ਲਿਖਵਾਇਆ ਵੀ ਅਤੇ ਆਪਣੀਆਂ ਮੁਸ਼ਕਲਾਂ ਦਾ ਤੇ ਸਤਸੰਗ ਜੀ ਉਹ ਵੀ ਡੱਟ ਕੇ ਮੁਕਾਬਲਾ ਕੀਤਾ। ਸੋ ਮੈਂ ਫਿਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ
कि इहो जी महान माता जो सानूं नगर को मिली सी, इस परिवार को मिली सी, सो इस तरह सानूं सारे उन्हां तो सिक्ख्या लैनी चाहीदी है, अपना जीवन पद्धर उच्चा चुकना चाहीदा है। क्योंकि तेरी सात संगत जीओ माता का दर्जा जरा बड़ा उच्चा है, माता जी है ना वह परिवार को हर बुलंदियों तक पहुँचा सकती है। प्यो का भी काम जो प्यो का भी दर्जा उच्चा है, पर प्यो ने इन्हें कमाना तो अपना चंगा जीवन बता के माता की झोली के लिया के पाना है, तो माता ने अगर उन्होंने किस तरह बिखाना है। सो तेरी सात संगत जी बहुत वही कुर्बानी है माता जी की। मैं सतगुरु के चरणों के अरदास बेनती करना कि उन्होंने अपने स्वर्ग चरणों में निवास बख्शे, परिवार में चढ़ती कला वर्सिकी जुल बख्श करे। वाहेगुरु जी का खालसा, वाहेगुरु जी की फतेह। फिर दोबारा सारी सरदार दयापाल सिंह जी भैनी पसवाल के विचार सुन रहे थी। हम मैं इसे पिंड के सबका सरपंच रह चुके सबका सरपंच सरदार हरदीप सिंह जी उन्होंने बेनती करा दो मिनट संगत विचार साझे करो। परम सत्कारयोग धन धन साहब श्री गुरु ग्रंथ साहब जी पवित्र गोच बैठी प्यारी, वाहेगुरु जी का खालसा, वाहेगुरु जी की फतेह। अज तुसी सारे वो विछड़ी हुई रू माता सुरिंदर कौर जी जो साथों तकरीबन अज 10 दिन पहला विछड़ गए सन, उन्हां दी आत्मक शांति वास्ते पिछों परिवार ने मिल करके अपने ग्रह विखे श्री अखंड पाठ साहब रंभ करवाए से, जिहड़े भोग पए ने। उपरंत गुरद्वारा साहब विखे कीर्तन कथा विचारा होईआं ने। आओ सारी संगत अरदास करिए गुरु ग्रंथ साहिब महाराज के चरणों में कि सच्चे पातशाह उस विछड़ी रूह नूं अपने चरणों च निवास देवी, पिछे परिवार को भाणा मनन का बल बख्शे, चढ़दी कला करी। सत संगत जी, मेरे तो पहला जिन्हें भी बुलाए अपने विचार पेश करके गए ने, यह अटल सच्चाई है। सत संगत जी, माता सुरिंदर कौर जी एक तड़क जरनैल सन, तुसा सारिया को उन्होंने जिंदगी बारे सुनया। सत संगत जी, उस समा जिहड़ा छोटे पुर साहब ने तुहानू बयान किया, भाई साहब भाई हजूरा सिंह जी ने बयान किया, उस समा जिहड़ा सीगा उस वेले कोई भी किसी की बाह नहीं सी फड़दा, लेकिन ये जो परिवार सरदार पूरन सिंह जी जिहड़ा सदियां तो बड़ी पुरानी सांझ है परिवार की, लेकिन सात संगत जी माता जी के हिस्से एक तड़क जरनैल की तरह मिटना, घर पुलिस का पहरा रहना, आना जाना बंद, लेकिन माता जी के मत्थे ते कदे भी वट नहीं देखिया। सत संगत जी, जिस तरह दसिया गया ना कि उन्होंने कोई पुलिस मुकाबला नहीं होया, उन्होंने फड़ के शहीद किया गया। तो सत संगत जी वो तो अज भी जिंदे ने, लेकिन जिन्होंने शहीद किया वो कितने दर दर ठोकर खाते फिरते हैं। सो मेरा अरदास करना गुरु महाराज के चरणों में कि सच्चे पातशाह उन्होंने विछड़िया रूहां अपने चरणों च निवास देवी, पिछे परिवार को भाणा मनने का बल बख्शे, चढ़दी कला करी। मैं अपने वालों इस नगर की सूर साध संगत वालों भी छोटे पुर साहब का सरदार हजूर सिंह जी सारी ही संगत का तह दिल मैं धन्यवाद करना, जो तुम अपना कीमती समा कढ के आए हो, सारे का ही दर्जा बदर्जा धन्यवाद किया जाता है। धन्यवाद किया जाता गुरु ग्रंथ साहब महाराज का जिन्होंने बल से उदर बख्शिया, तो गुरु महाराज की कृपा नाल यह जरा प्रोग्राम है सफल होया। वाहेगुरु जी का खालसा, वाहेगुरु जी की फतेह। जी भी फास्ट वे वाले अजीत पत्रकार अशोक शर्मा, वो कई मेरे वीर पत्रकार दूरों नेड़े आए, रिश्तेदार भैन भरा और पुलिस अधिकारी छोटे पुर साहब वक् वक् एरिए जो भी संबंधी आए ने, सारे का बहुत बहुत धन्यवाद। शहीद की छोटी जी पावर नहीं, वो बहुत करने वाली माता सी, एडी कोई कुर्बानी कोई दसे कोई करके दसे
ਕੁਰਬਾਨੀ ਸਭ ਤੋਂ ਉੱਚੀ ਕੁਰਬਾਨੀ। ਦੂਜਾ ਵਚਨ ਮੇਰਾ ਇਹ ਸਪੀਕਰ ਕਿਉਂ ਬੰਦ ਹੋਇਆ ਸੀ, ਕਿਉਂ ਸਪੀਕਰ ਬੰਦ ਹੋਇਆ ਸੀ ਮੈਨੂੰ ਦੱਸੋ। ਇਸ ਸਾਰੇ ਗੁਰੂ ਦੇ ਸਿੱਖ ਨੇ ਘੱਲੂ ਘਰਾ ਸਾਹਿਬ ਅਸੀਂ ਆਪਣੀ ਅੱਖਾਂ ਨਾਲ ਸਭ ਕੁਝ ਵੇਖਿਆ। ਘੱਲੂ ਘਰਾ ਸਾਹਿਬ ਇਹ ਮਾਸਟਰ ਜੋਰ ਸਿੰਘ ਨੇ ਸੇਵਾ ਕੀਤੀ, ਕੋਈ ਉੱਠ ਕੇ ਦੱਸਿਆ ਘੱਲੂ ਘਰਾ ਸੇਵਾ ਕੀਤੀ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
Mama